ਉਹੀ ਪਿਆਜ਼ ਨੇ ਜਿਹੜੇ ਮੈਂ ਜਨਵਰੀ ਦੇ ਵਿੱਚ ਘਰ ਆਇਆ ਸੀ ਅਤੇ ਲਾ ਕੇ ਗਿਆ ਸੀ ਅੱਗੇ ਦੇ ਨਾਲ, ਤਾਂ ਹੁਣ ਇਹ ਵੱਡੇ ਹੋ ਗਏ ਸਾਗ ਬਣੇ। ਮੈਂ ਚਲਾ ਗਿਆ ਨਾ ਲਾਹੌਰ, ਕੋਈ ਗੱਲ ਨਹੀਂ, ਹਕੂਮਤ ਨੂੰ ਕਹਾਂਗੇ ਫਿਰ ਲਾਕਡਾਊਨ ਕਰ ਦੇਵੇਗੀ, ਹਕੂਮਤ ਨੂੰ ਕਹਾਂਗੇ ਫਿਰ ਲਾਕਡਾਊਨ ਕਰੇਗੀ। ਹੈਂ, ਸ਼ਰਮ ਕਿਸ ਚੀਜ਼ ਦੀ? ਅਤੇ ਸ਼ਰਮ ਤੁਹਾਨੂੰ ਨਾ ਵੀ ਜੋ ਛੋਟੇ ਭਰਾ ਕੰਮ ਕਰਾਉਂਗੇ, ਦੋ ਚਾਰ ਦਿਨ ਅੱਗੇ ਹੁੰਦਾ ਹੁੰਦਾ, ਹੁਣ ਤਾਂ ਤੈਨੂੰ ਇੱਥੇ ਕਿਵੇਂ ਅੱਠਵਾਂ ਦਿਨ ਘਰ ਆ, ਮਹਿਮਾਨ ਦੋ ਚਾਰ ਦਿਨ ਦਾ ਹੀ ਹੁੰਦਾ ਬਸ। ਹਾਂ ਵੀ ਦੱਸ ਕੀ ਮਹਿਸੂਸ ਕਰ ਰਿਹਾ ਹੁਣ ਘਰ ਆ ਕੰਮ ਕਰਕੇ? ਕਦੀ ਨਹੀਂ ਆਉਣਾ ਮੁੜ ਕੇ, ਹਕੂਮਤ ਨੂੰ ਵੀ ਕਹਿਣਾ ਵਾ ਚਾਹੇ ਜਿਹੜਾ ਮਰਜ਼ੀ ਵੈਰਸ ਆ। ਨਹੀਂ ਨਹੀਂ, ਅਸੀਂ ਤਾਂ ਹਕੂਮਤ ਨੂੰ ਕਹਿਣਾ ਹੋਰ ਛੁੱਟੀਆਂ ਸੌਂਗ ਜ਼ਿਆਦਾ ਕਰੇ, ਘਰ ਆ ਕੰਮ ਤਾਂ ਨਾਲ ਕਰਾਊਂਗਾ ਨਾ। ਮੁੜ ਕੇ ਤਾਂ ਨਹੀਂ ਤੂੰ ਦਾ ਬਾਈ ਨਹੀਂ ਛੁੱਟੀਆਂ ਲੰਮੇ, ਤੂੰ ਕਹਿਣਾ ਮੈਂ ਇੱਥੇ ਪਿਆ ਚੰਗਾ ਮਕਾਨ 'ਤੇ, ਉੱਥੇ ਹੀ ਰਹਾਂ ਰਹੂੰਗਾ। ਹੈਨਾ, ਤੂੰ ਨਹੀਂ ਬਣਨੀ ਬਚੀ ਜਾ ਕੇ ਅੱਬੂ ਨੂੰ ਆਖ, ਹੁਣ ਤੈਨੂੰ ਦੱਸਦੇ ਪਤਾ ਫਿਰ ਅੱਬੂ ਜ਼ਰਾ। ਉਹੀ ਪਿਆਜ਼ ਨੇ ਜਿਹੜੇ ਮੈਂ ਜਨਵਰੀ ਦੇ ਵਿੱਚ ਘਰ ਆਇਆ ਸੀ ਅਤੇ ਲਾ ਕੇ ਗਿਆ ਸੀ ਅੱਬੂ ਦੇ ਨਾਲ, ਤਾਂ ਹੁਣ ਇਹ ਵੱਡੇ ਹੋ ਗਏ ਸਾਗ ਬਣੇ।